एक चलती गाड़ी में अचानक से आग लग गई। हालांकि आग लगने का अभी कारण स्पष्ट नहीं हो पाया है, लेकिन यह आग इतनी तेज थी कि पूरी गाड़ी जलकर राख हो गई। एक बात यह देखने को मिली कि वहीं पर खड़े होकर प्रदर्शन कर रहे कुछ किसानों ने पहले दमकल विभाग को बुलाया और साथ ही आग को बुझाने की कोशिश भी शुरू कर दी। बता दें कि जलने वाली गाड़ी महिंद्रा की बलेरो गाड़ी थी और आग लगने का कारण अभी साफ नहीं हो पाया है। वहीं गाड़ी के अंदर मौजूद सभी लोग सुरक्षित समय में बाहर आ गए, इसीलिए किसी तरह के कोई जान माल का नुकसान नहीं हुआ है। ਭਾਜੀ ਕੀ ਗੱਲ ਹੋਈ ਸੀ, ਮੜਾ ਜਾ ਦੱਸ ਦੋ ਗੱਲਬਾਤ ਕੀ ਹੋਈ ਸੀ, ਕਿਵੇਂ ਅੱਗ ਲੱਗੀ? ਭਾਜੀ ਚੌਂਕ ਦੇ ਆਪਣੇ ਸੰਘਰਸ਼ ਦੇ ਵਿੱਚ ਬੈਠੇ ਸੀ, ਸਾਨੂੰ ਧੂਆਂ ਨਿਕਲਦਾ ਦਿਖਿਆ ਇਧਰੋਂ। ਅਸੀਂ ਇੱਕਦਮ ਆਪਣੇ ਕੋਲ ਜਿਹੜਾ ਮੌਕੇ ਤੇ ਜਿਹੜਾ ਸੋਰਸ ਸੀਗਾ ਕੈਂਪਰ ਸੀ ਪੀਣ ਵਾਲੇ ਪਾਣੀ ਦਾ, ਅਸੀਂ ਉਹੀ ਲੈ ਕੇ ਭੱਜਿਆ। ਇੱਥੇ ਆ ਕੇ ਦੇਖਿਆ ਗੱਡੀ ਜਿਹੜੀ ਧੂੰ ਧੂੰ ਕਰਕੇ ਜਲ ਰਹੀ ਸੀ ਇਹ, ਤੇ ਜਿਹੜਾ ਮਾਲਕ ਸੀ ਉਹਨੇ ਇੱਕਦਮ ਵਿਚਾਰੇ ਨੂੰ ਰੋਲਾ ਪਾਇਆ, ਉਹ ਇੱਕਦਮ ਬਾਹਰ ਨਿਕਲ ਕੇ ਆ ਗਿਆ ਕਾਗਜ਼ ਪੱਤਰ ਲੈ ਕੇ। ਚਲੋ ਜਾਨੀ ਨੁਕਸਾਨ ਕੋਈ ਨਹੀਂ ਹੋਇਆ, ਪਰ ਗੱਡੀ ਦੀ ਹਾਲਤ ਤੁਸੀਂ ਦੇਖ ਸਕਦੇ ਹੋ, ਗੱਡੀ ਜਿਹੜੀ ਬੜੀ ਬੁਰੀ ਤਰ੍ਹਾਂ ਸੜ ਗਈ ਆ, ਜਲ ਗਈ ਆ, ਤੇ ਇਹ ਹਰਿਆਣਾ ਦੇ ਕਿਸੇ ਡਿਪਾਰਟਮੈਂਟ ਦੀ ਗੱਡੀ ਹੈ। ਤੇ ਅਸੀਂ ਜਦੋਂ ਮੌਕੇ ਤੇ ਅਸੀਂ ਪਹੁੰਚੇ, ਸਾਡੇ ਸਾਰੇ ਨਾਲ ਦੀਪੀ ਹੈ ਬਾਈ ਜੰਟਾ, ਅਸੀਂ ਰਲ ਕੇ ਜਿੰਨੀ ਸਾਡੇ ਤੋਂ ਕੋਸ਼ਿਸ਼ ਹੋਈ ਅਸੀਂ ਡਿਪਾਰਟਮੈਂਟ ਦੀ ਵੀ ਮਦਦ ਕਰੀ, ਗੱਡੀ ਦੀ ਵੀ ਅੱਗ ਜਿਹੜੀ ਹੈ ਬੁਝਾਉਣ ਦੀ ਅਸੀਂ ਪੂਰੀ ਕੋਸ਼ਿਸ਼ ਕਰੀ, ਤੇ ਬੜੀ ਮੁਸ਼ਕਲ ਤੋਂ ਬਾਅਦ ਜਿਹੜਾ ਅੱਗ ਤੇ ਕਾਬੂ ਪਾ ਲਿਆ ਗਿਆ। ਤੇ ਹੁਣ ਅਗਲੀ ਜਿਹੜੀ ਹੈ ਪੁਲਿਸ ਜੋ ਹੈ ਉਹ ਆਪਣੀ ਕਾਰਵਾਈ ਦੇ ਵਿੱਚ ਲੱਗੀ ਹੋਈ ਹੈ। ਸੋ ਜਾਨੀ ਨੁਕਸਾਨ ਬਚ ਗਿਆ, ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ। ब्रेकिंग न्यूज रास बसेरा आपके लिए लेकर आए हैं खास मौका, वो भी हरियाणा सरकार की अफोर्डेबल हाउसिंग योजना के साथ, जिसके तहत आपको मिलेगी 6 लाख रुपए तक की सुविधाओं के रूप में सब्सिडी, जैसे कि फ्री पार्किंग, ईडीसी आईडीसी फ्री, क्लब चार्जेस फ्री और मेंटेनेंस फ्री, और कोई हिडन चार्जेस भी नहीं। तो आज ही बिना देर किए अपने सपनों का घर बुक कर।